ਸਿਵਰਸਰਨ ਹੁਸ਼ਿਆਰਪੁਰ ਸਮੂਹ ਹੁਸ਼ਿਆਰਪੁਰ ਵਾਸੀਆਂ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਅਤੇ ਹੋਰ ਵੀ 6-7 ਸਟੇਟਸ ਜਿਹੜੀਆਂ ਨੇ ਭਾਰਤ ਦੀਆਂ ਉਹਦੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਇੱਕਦਮ ਕੇਸ ਕੋਵਿਡ-19 ਪੋਜ਼ੀਟਿਵ ਕੇਸ ਵਧਣੇ ਸ਼ੁਰੂ ਹੋ ਗਏ ਨੇ ਸੋ ਮੇਰੀ ਸਮੂਹ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਹੈ ਕਿ ਕੋਵਿਡ-19 ਬਿਹੇਵੀਅਰ ਜਿਸ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਪਬਲਿਕ ਜਗ੍ਹਾ 'ਤੇ ਘੱਟ ਤੋਂ ਘੱਟ ਜਾਈਏ ਮਾਸਕ ਪਹਿਨ ਕੇ ਰੱਖੀਏ ਇੱਕ ਦੂਜੇ ਤੋਂ ਸੋਸ਼ਲ ਡਿਸਟੈਂਸ ਘੱਟ ਤੋਂ ਘੱਟ 2 ਗਜ਼ 6 ਫਿੱਟ 'ਤੇ ਰੱਖੀਏ ਵਾਰ ਵਾਰ ਸਾਬਣ ਪਾਣੀ ਨਾਲ ਹੱਥ ਧੋਈਏ ਅਤੇ ਜੇ ਸਾਬਣ ਪਾਣੀ ਕਿਤੇ ਉਪਲਬਧ ਨਾ ਹੋਵੇ ਕਿਤੇ ਅਸੀਂ ਦੂਰ ਭਰ ਜਾਣਾ ਹੋਵੇ ਤਾਂ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰੀਏ ਘੱਟ ਤੋਂ ਘੱਟ ਗੈਦਰਿੰਗਸ ਵਿਆਹ ਸ਼ਾਦੀਆਂ ਜਾਂ ਹੋਰ ਪਬਲਿਕ ਸਮਾਰੋਹਾਂ 'ਚ ਕਰਨ ਦੀ ਕੋਸ਼ਿਸ਼ ਕਰੀਏ ਔਰ ਇਸ ਦੇ ਨਾਲ ਹੀ ਵੱਧ ਤੋਂ ਵੱਧ ਸੈਂਪਲਿੰਗ ਕਰਵਾਈਏ ਤਾਂ ਜੋ ਸਾਨੂੰ ਹੋਰ ਵੀ ਜਿਹੜੇ ਪੋਜ਼ੀਟਿਵ ਕੇਸ ਸਾਡੇ ਆਲੇ ਦੁਆਲੇ ਸਾਡੇ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੇ ਵਿੱਚ ਜਾਂ ਸਾਡੇ ਤਹਿਸੀਲਾਂ ਦੇ ਵਿੱਚ ਜਾਂ ਸਾਡੇ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਦੇ ਵਿੱਚ ਜਿੱਥੇ ਵੀ ਲੋਕ ਇਕੱਠੇ ਹੁੰਦੇ ਹਨ ਤਾਂ ਉੱਥੇ ਵੱਧ ਤੋਂ ਵੱਧ ਸੈਂਪਲਿੰਗ ਕਰੀਏ ਤਾਂ ਕਿ ਪੋਜ਼ੀਟਿਵ ਕੇਸਾਂ ਦਾ ਪਤਾ ਲੱਗ ਸਕੇ ਉਹਨਾਂ ਨੂੰ ਸਮੇਂ ਸਿਰ ਆਈਸੋਲੇਟ ਕੀਤਾ ਜਾ ਸਕੇ ਉਹਨਾਂ ਦਾ ਸਹੀ ਤਰ੍ਹਾਂ ਨਾਲ ਟ੍ਰੀਟਮੈਂਟ ਕੀਤਾ ਜਾ ਸਕੇ ਅਤੇ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਇਆ ਜਾ ਸਕੇ ਅਸੀਂ ਸਿਹਤ ਮਹਿਕਮੇ ਨੇ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਇੱਕਦਮ ਬਹੁਤ ਤੇਜ਼ੀ ਲਿਆਂਦੀ ਹੈ ਅਸੀਂ ਕਰੀਬ 1100 ਸੈਂਪਲ ਕਰ ਰਹੇ ਸੀ ਪਰ ਪਿਛਲੇ 2-3 ਦਿਨ ਤੋਂ ਅਸੀਂ ਜਿਹੜਾ ਸੈਂਪਲ ਹੈ ਉਹ ਕਰੀਬ 2-2.5 ਹਜ਼ਾਰ ਕਰ ਦਿੱਤਾ ਹੈ ਔਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਾਰੇ SMO ਅਤੇ ਸਾਰੀਆਂ ਟੀਮਾਂ ਬਹੁਤ ਸਖਤ ਮਿਹਨਤ ਕਰ ਰਹੇ ਹਨ ਔਰ ਅੱਜ ਮਿਤੀ 25 ਫਰਵਰੀ 2680 ਟੋਟਲ ਸੈਂਪਲਿੰਗ ਅਸੀਂ ਕੀਤੀ ਹੈ ਪਰ ਨਾਲ ਦੀ ਨਾਲ ਹੀ ਜੋ ਸਾਨੂੰ ਰਿਜ਼ਲਟ ਰਿਸੀਵ ਹੋਏ ਹਨ ਉਹਨਾਂ ਦੇ ਵਿੱਚ 1636 ਰਿਜ਼ਲਟ ਦੇ ਵਿੱਚੋਂ ਸਾਡੇ 35 ਕੇਸ ਜੋ ਹਨ ਉਹ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਪੋਜ਼ੀਟਿਵ ਆਏ ਹਨ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਅਪੀਲ ਕਰਦਾ ਹੋਇਆ ਕਿ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਵਿੱਚ ਅਪਣਾਓ ਸਮੇਂ ਸਿਰ ਸੈਂਪਲਿੰਗ ਕਰਾਓ ਔਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਜਿਹੜੇ ਵੀ ਵਰਗ ਨੂੰ ਵੈਕਸੀਨੇਸ਼ਨ ਦੇ ਬਾਰੇ ਸਰਕਾਰ ਵੱਲੋਂ ਮੈਸੇਜ ਪ੍ਰਾਪਤ ਹੁੰਦਾ ਹੈ ਜਾਂ ਸਹੀ ਮਹਿਕਮੇ ਵੱਲੋਂ ਕਿਹਾ ਜਾਂਦਾ ਹੈ ਉਹ ਕਿਰਪਾ ਕਰਕੇ ਵੈਕਸੀਨੇਸ਼ਨ ਕਰਾਓ ਅਤੇ ਹਾਂ ਕੁਛ ਇੱਕ ਏਰੀਆ ਸਾਡੇ ਇਹੋ ਜਿਹੇ ਹਨ ਕੜ੍ਹ ਸ਼ੰਕਰ ਤਹਿਸੀਲ ਦੇ ਵਿੱਚ ਜਿਹਦੇ ਵਿੱਚ ਸਾਨੂੰ 2 ਪਿੰਡਾਂ ਦੇ ਵਿੱਚ ਧਮਈ ਔਰ ਅਲਾਵਲਪੁਰ ਇੱਥੇ ਸਾਨੂੰ ਕੰਟੇਨਮੈਂਟ ਜ਼ੋਨ ਬਣਾਉਣੇ ਪਏ ਹਨ ਸੋ ਸਮੂਹ ਨਗਰ ਨਿਵਾਸੀਆਂ ਨੂੰ ਇਹ ਅਪੀਲ ਹੈ ਕਿ ਸਿਹਤ ਮਹਿਕਮਾ ਤੁਹਾਡੇ ਕੋਲ ਜਾ ਰਿਹਾ ਹੈ ਸੈਂਪਲਿੰਗ ਕਰ ਰਿਹਾ ਹੈ ਸੋ ਇਹਨਾਂ ਪਿੰਡਾਂ ਦੇ ਲੋਕਾਂ ਨੂੰ 100% ਸੈਂਪਲਿੰਗ ਕਰਨ ਵਿੱਚ ਸਿਹਤ ਮਹਿਕਮੇ ਦਾ ਪੂਰੀ ਤਰ੍ਹਾਂ ਸਹਿਯੋਗ ਕਰੋ ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀਆਂ ਵੀ ਹਦਾਇਤਾਂ ਹਨ ਅਤੇ ਉਹਨਾਂ ਦੀ ਵੀ ਪੂਰੀ ਇਹ ਇੱਛਾ ਹੈ ਔਰ ਇਹ ਉਹਨਾਂ ਦੀ ਅਪਰੋਚ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਹੈ ਉਹ ਕੋਵਿਡ-19 ਦੀ ਮਹਾਂਮਾਰੀ ਤੋਂ ਬਚਿਆ ਰਹੇ।